ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰ ਲੈਣਾ ਕਲਿੱਕ ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਅੱਜ ਮਾਸ਼ਾਅੱਲਾ ਆ ਮੇਰੀ ਸੱਜੀ ਸਾਈਡ ਤੇ ਪਹਿਲਾਂ ਝੋਟੀ ਦੀ ਵੀਡੀਓ ਲੈ ਕੇ ਆਇਆ। ਝੋਟੀ ਜਨਾਬ ਸੂਈ ਹੋਈ ਹੈ, ਕਿੰਨੇ ਦਿਨ ਹੋ ਗਏ ਨੇ, ਕਿੰਨਾ ਮੁੱਲ ਹੈ, ਜੋ ਇਹਦਾ ਹਿਸਾਬ ਕਿਤਾਬ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਮਾਸ਼ਾਅੱਲਾ ਮਾਸ਼ਾਅੱਲਾ, ਸੋਹਣਾ ਥਾਣ ਪੂਰਾ ਜਨਾਬ, ਮੁੱਠ ਮੁੱਠ ਦਾ ਪੂਰੀ ਜਨਾਬ ਲੋਕੇਸ਼ਨ ਤੇ ਥਾਣ ਹੈ। ਤੁੰਨੀ ਤੋਂ ਲੈ ਕੇ ਤੇ ਸਾਰ ਤੀਕਰ ਵਾਨਾ, ਫੁੱਟ ਚੌੜਾ ਵਾਨਾ ਮਾਸ਼ਾਅੱਲਾ। ਲੱਤਾਂ ਤੋਂ ਜਨਾਬ ਚਾਰ ਚਾਰ ਇੰਚ ਬਾਹਰ ਲਾਈ ਖੜੀ ਹੈ। ਬਾਕੀ ਜਨਾਬ ਲਾਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬ ਤੇ ਕੋਸ਼ਿਸ਼ ਕਰਕੇ ਸਫ਼ਰ ਕਰਕੇ ਆਪਣੇ ਭਰਾਵਾਂ ਵਾਸਤੇ ਅੱਛੇ ਜਾਨਵਰ ਇਨਸ਼ਾਅੱਲਾ ਆਪਣੇ ਚੈਨਲ ਤੇ ਅਪਲੋਡ ਹੁੰਦੇ ਨੇ। ਬਾਕੀ ਜਨਾਬ ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਕੁੱਡਾ ਪੁੱਠਾ ਢਾਕ ਕੈਮਰੇ ਨਜ਼ਰ ਵਿੱਚ ਹੈ, ਬਿਲਕੁਲ ਬਰੀਕ ਹੈ ਜਿਵੇਂ ਜਨਾਬ ਟਿਸ਼ੂ ਪੇਪਰ ਹੈ। ਅੱਲਾਹ ਦੇ ਫਜ਼ਲ ਕਰਮ ਦੇ ਨਾਲ ਝੋਟੀ ਦਾ ਕੱਦ ਚੰਗਾ, ਲਾਂਭ ਚੰਗੀ, ਛੋਟੀ ਜਿਹੀ ਵਕਤੀ ਮਾਸ਼ਾਅੱਲਾ, ਕਤਰੀ ਕਤਰੀ ਸਿੰਗੀ, ਲੰਮੀ ਕੰਨੀ ਮਾਸ਼ਾਅੱਲਾ, ਦੋਵੇਂ ਅੱਖਾਂ ਇੱਕੋ ਜਿਹੀਆਂ। ਬਾਕੀ ਜਨਾਬ ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੈ। ਤੁੰਨੀ ਕੌੜੀ ਦਾ ਨਿਸ਼ਾਨ ਕੋਣੀ, ਚਾਰੇ ਖੋਰ ਇੱਕੋ ਜਿਹੇ ਜਿਵੇਂ ਜਨਾਬ ਘੋੜਿਆਂ ਦੇ ਸੁੰਮ ਹੁੰਦੇ ਨੇ। ਚਾਰ ਛੋਰੇ ਮੇਰਾ ਕੈਮਰਾਮੈਨ ਤਸੱਲੀ ਕਰਵਾ ਰਿਹਾ। ਬਾਕੀ ਜਨਾਬ ਸੌਦਾ ਨਾਲ ਨਸੀਬ ਦੇ ਭਰਾਵਾਂ ਵਾਸਤੇ ਹਮੇਸ਼ਾ ਸਾਫ਼ ਸੁਥਰਾ ਜਾਨਵਰ ਆਪਣੇ ਚੈਨਲ ਤੇ ਇਨਸ਼ਾਅੱਲਾ ਪਾਏ ਜਾਂਦੇ ਨੇ। ਬਾਕੀ ਜਨਾਬ ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ। ਝੋਟੀ ਜਨਾਬ ਅੱਗੋ ਨੀਵੀਂ ਪਿੱਛੋਂ ਉੱਚੀ, ਕੈਮਰੇ ਨਜ਼ਰ ਵਿੱਚ ਹੈ। ਚਾਰੇ ਖੋਰ ਇੱਕੋ ਜਿਹੇ ਜਿਵੇਂ ਜਨਾਬ ਘੋੜਿਆਂ ਦੇ ਸੁੰਮ ਹੁੰਦੇ ਨੇ। ਇੱਧਰ ਆਓ ਲਾਲਾ ਜੀ, ਖੜੀ ਰਹਿੰਦੇ, ਝੋਟੀ ਨੂੰ ਖੜੀ ਰਹਿੰਦਾ, ਆ ਜਾਓ। ਬਾਕੀ ਸਾਰੀਆਂ ਗੱਲਾਂ ਜਿਹਨਾਂ ਮਾਲਕ ਤੋਂ ਸਾਂਝੇ ਲੈ ਕੇ ਦੇਣੇ। ਅਸਲਾਮ ਵਾਲੇਕੁਮ ਲਾਲਾ ਜੀ, ਥੋੜਾ ਉੱਚੀ ਬੋਲਣਾ ਤਾਂ ਕਿ ਆਵਾਜ਼ ਤੇਰੀ। ਝੋਟੀ ਆਪਣੀ ਕਿੰਨਵਾਂ ਸਵਾ ਸੂਈ ਹੈ? ਪਹਿਲਾਂ ਸੂਈ ਹੈ ਜੀ। ਪਹਿਲਾਂ ਸਵਾ ਸੂਈ ਹੈ ਤੇ ਕਦੋਂ ਸੂਈ ਜਨਾਬ? ਇਹ ਜਿਹੜਾ ਤੀਸਰਾ ਦਿਨ ਸੂਈ, ਅੱਜ 3 ਦਿਨ ਹੋ ਗਏ ਨੇ। ਤੇ ਇਹਨੇ ਜਨਾਬ ਮਗਰਾ ਕੱਟਾ, ਮਗਰ ਕੱਟਾ ਸਾਹਮਣੇ, ਮਾਸ਼ਾਅੱਲਾ ਸੋਹਣਾ ਕੱਟਾ ਹੈ। ਅੱਛਾ ਵੀਰ ਮੇਰਾ, ਝੋਟੀ ਤੇਰੀ ਸੂਈ ਖੜੀ ਹੈ, ਥਣਾ ਵਿੱਚ ਕੋਈ ਘਾਟਾ ਵਾਧਾ, ਕੋਈ ਗੰਡ ਮਰੋੜੀ ਛੱਟਾ ਪਾਰਾ, ਬਿਲਕੁਲ ਚੋਣ ਸਾਫ਼ ਸੁਥਰੀ, ਕਲੀਅਰ ਕਲੀਅਰ, ਬਿਲਕੁਲ ਸੋਹਣਾ ਨਹੀਂ। ਅੱਛਾ ਹੁਣ ਇਹ ਦੱਸਣਾ ਜੀ ਵੀ ਬੋਲੇ ਵਿੱਚ ਖੜੀ ਹੈ, ਬੋਲੇ ਵਿੱਚ ਖੜੀ ਹੈ, ਕਿੰਨਾ ਬੋਲਾ ਦੋ ਟਾਈਮ ਦਾ ਕਰਦੀ ਪਈ? ਇਹ ਕਰਦੀ ਪਈ ਹੈ 11 ਤੋਂ 12 ਲੀਟਰ, 11 ਤੋਂ 12 ਸਾਰਾ ਸਾਰਾ ਬੱਚੇ ਸਮੇਤ, ਬੱਚੇ ਸਮੇਤ, ਬੱਚੇ ਨੂੰ ਛੱਡ ਦਈਏ ਤੇ ਫਿਰ 10 ਲੀਟਰ ਹੀ ਆਉਣਗੇ। 10 ਲੀਟਰ ਦੀ ਗਾਰੰਟੀ ਹੈ? ਹਾਂਜੀ ਗਾਰੰਟੀ, ਬਿਲਕੁਲ। ਅੱਛਾ ਤੇ ਬਾਕੀ ਜਨਾਬ ਵਧੇਗੀ ਇਨਸ਼ਾਅੱਲਾ? ਇਨਸ਼ਾਅੱਲਾ ਵਧੇਗੀ, ਜ਼ਰੂਰ ਵਧੇਗੀ, ਵਧਣਾ ਵੀ ਚਾਹੀਦਾ ਕਿਉਂਕਿ ਬਰੀਕ ਪੂਰੀ ਮੱਝ ਝੋਟੀ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਪੂਛਲ ਵੇਖ ਲ ਪਲੇਟ ਕੇ ਜਿੱਥੇ ਮਰਜ਼ੀ ਪਾਣਾ ਜੀ। ਠੀਕ ਹੋ ਗਿਆ ਹੁਣ ਵੀਰ, ਮੇਰਾ ਗੱਲ ਕਰਨੀ ਹੈ ਸਹੀ ਤੇ ਸਿੱਧੀ ਤੇ ਸਾਵੀਂ, ਰੇਟ ਇਹਦਾ ਚੋਖਾ ਨਹੀਂ ਕਰਨਾ, ਉਹਨਾਂ ਕਰਨਾ ਜਿੰਨੇ ਦੇ ਤੇਰੀ ਝੋਟੀ ਹੈ, ਇਹਦੇ ਪਿਆਰ ਮੁਹੱਬਤ ਵਾਲੇ ਜਿਹੜੇ ਪੈਸੇ ਲੈਣੇ। ਦੱਸ ਮੁੱਲ ਤਾਂ ਕਰਾਉਣ 3,60,000 ਮੁੱਲ ਨਹੀਂ ਕਰਾਉਣਾ, ਪਿਆਰ ਮੁਹੱਬਤ ਦੇ ਦਾਂਗੇ 3,50,000, ਫਾਈਨਲ 3,50,000 ਦੇ। ਇਹਦੇ ਵਿੱਚ ਕੋਈ ਜਨਾਬ ਮੇਰਾ ਭਰਾ ਥੋੜੀ ਬਹੁਤੀ ਪਿਆਰ ਮੁਹੱਬਤ ਕਰਵਾਵੇ ਤੇ ਥੋੜਾ ਬਹੁਤਾ ਕਰ ਲਾਂਗੇ, ਥੋੜਾ ਬਹੁਤਾ ਕਰ ਲੈਣਾ। ਠੀਕ ਹੋਗਾ ਤੇ ਚੁਆਈ ਬਿਲਕੁਲ ਕਲੀਅਰ, ਬਿਲਕੁਲ 16 ਨੇ ਚੁਆਈ, ਇਹ ਚਾਲ ਦਾ ਬੰਦਾ ਚੋਕ ਲਾਈਗਾ। ਠੀਕ ਹੋਗਾ, ਛੋਟੀ ਪੂਰੀ ਨਸਲ ਜ਼ਿਆਦਾ ਨਹੀਂ, ਨਸਲ ਜ਼ਿਆਦਾ ਨਹੀਂ, ਕੋਈ ਧੁੰਨੀ ਕੋੜੇ ਦਾ ਨਿਸ਼ਾਨ ਨਹੀਂ ਆ, ਧੁੰਨੀ ਕੋੜੀ ਪੂਰੀ ਸਾਫ਼ ਹੈ, ਬਿਲਕੁਲ ਬਰੀਕ ਹੈ ਮਾਸ਼ਾਅੱਲਾ ਜਿਵੇਂ ਕੱਪੜਾ ਹੁੰਦਾ ਹੈ। ਅੱਛਾ 3,50,000 ਰੁਪਈਆ ਦੇ ਇਹਦੇ ਵਿੱਚ ਪਿਆਰ ਮੁਹੱਬਤ ਹੋਵੇਗਾ ਇਨਸ਼ਾਅੱਲਾ, ਮਗਰ ਕੱਟਾ 4 ਦਿਨ ਹੋ ਗਏ ਨੇ ਸੂਈ ਨੂੰ, 3 ਦਿਨ ਹੋ ਗਏ ਨੇ, ਬਾਕੀ ਮਜ਼ੀਦ ਟਾਈਮ ਤੇ ਬਣਦੀ ਇਨਸ਼ਾਅੱਲਾ, ਇਨਸ਼ਾਅੱਲਾ ਜ਼ਰੂਰ ਬਣਦੀ ਹੈ, ਟਾਈਮ ਕਿਹੜਾ ਹੋਇਆ ਵਾ, ਹਰ ਚੁਆਈ ਦੇ ਇਨਸ਼ਾਅੱਲਾ ਮੇਲੇ ਲਾਵੇਗੀ। ਠੀਕ ਹੋ ਗਿਆ, ਲਓ ਜਨਾਬ 3,50,000 ਰੁਪਈਆ ਇਹਦੇ ਵਿੱਚ ਵੀ ਜਨਾਬ ਪਿਆਰ ਮੁਹੱਬਤ ਹੋਵੇਗਾ, ਪਹਿਲਾ ਸਵਾ ਸੂਈ ਹੈ, 3 ਦਿਨ ਹੋ ਗਏ ਨੇ, 10 ਲੀਟਰ ਜਨਾਬ ਬੋਲੇ ਦੀ ਗਰੰਟੀ ਹੈ। ਬਾਕੀ ਇਨਸ਼ਾਅੱਲਾ ਮੇਰੇ ਭਰਾਵਾਂ ਨੇ ਜਿਹਨਾਂ ਜਨਾਬ ਸ਼ਰਾਖਤ, ਉਹਨਾਂ ਨੂੰ ਪਤਾ ਹੈ ਕਿ ਜਨਾਬ ਮੇਲਾ ਸ਼ੇਲਾ ਸੱਟੇਗੀ ਤੇ ਇਨਸ਼ਾਅੱਲਾ ਤਾਲਾ ਦੁੱਧ ਵਧੇਗੀ ਇਨਸ਼ਾਅੱਲਾ ਤਾਲਾ। ਬਾਕੀ ਵੀਡੀਓ ਪਸੰਦ ਆਵੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ। ਬਾਕੀ ਜਨਾਬ ਮਿਲਾਂਗੇ ਕੱਚੀ ਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।